ਪੰਥ ਦਰਦੀ ਜਥੇਬੰਦੀਆਂ ਵੱਲੋਂ ਪੰਜਾਬ ਬਚਾਓ ਲਹਿਰ ਸ਼ੁਰੂ ਕਰਨ ਦਾ ਐਲਾਨ। ਜਥੇਬੰਦੀ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਕਰੇਗੀ ਉਮੀਦਵਾਰ। ਮੁੱਖ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਤੋਂ ਕੀਤਾ ਇਨਕਾਰ। ਪੰਜਾਬ ਹਤੈਸ਼ੀ ਪੰਥਕ ਅਤੇ ਲੋਕ ਦਰਦੀ ਜਥੇਬੰਦੀਆਂ ਨੇ ਇੱਕ ਸਾਂਝੀ ਸੁਰ ਵਿੱਚ ਡਾਕਟਰ ਗੁਰਸ਼ਰਨ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਨੂੰ ਵੱਖ ਵੱਖ ਤਰ੍ਹਾਂ ਦੀਆਂ ਚੁਣੌਤੀਆਂ ਵਿੱਚੋਂ ਕੱਢਣ ਅਤੇ ਪੰਜਾਬ ਬਚਾਓ ਲਹਿਰ ਸ਼ੁਰੂ ਕਰਨ ਦਾ ਐਲਾਨ ਕਰਨ ਉਪਰੰਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕ ਰਾਏ ਬਣਾਉਣ 'ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਬੁੱਧੀਜੀਵੀਆਂ ਅਤੇ ਹੋਰ ਬੁਲਾਰਿਆਂ ਨੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਕਰਦਿਆਂ ਇਸ ਸਥਿਤੀ ਵਿੱਚ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ। ਸੰਬੋਧਨ ਕਰਨ ਵਾਲਿਆਂ ਵਿੱਚ ਡਾਕਟਰ ਸਵਰਾਜ ਸਿੰਘ ਪਟਿਆਲਾ, ਬਲਦੇਵ ਸਿੰਘ ਸਿਰਸਾ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ, ਚਰਨਜੀਤ ਸਿੰਘ ਖਾਲਸਾ ਖਾਲਸਾ ਪੰਚਾਇਤ, ਮੋਹਨ ਲਾਲ ਫਲੌਰੀ, ਬਖਸ਼ੀਸ਼ ਸਿੰਘ ਜੌੜਾ, ਡਾਕਟਰ ਗੁਰਸ਼ਰਨ ਸਿੰਘ ਢਿੱਲੋਂ ਵੀ ਸਨ। ਇਹ ਜਿਹੜਾ ਸਾਰਾ ਪੰਜਾਬ 'ਚ ਦੁਖਾਂਤ ਵਾਪਰ ਰਿਹਾ, ਉਸ ਦੁਖਾਂਤ ਨੂੰ ਸੁਲਝਾਉਣ ਦੇ ਲਈ ਇੱਕ ਜਥੇਬੰਦੀ ਬਣਾਉਣੀ ਹੈ ਜਿਹੜਾ ਇੱਕ ਬਦਲ ਹੋਏਗਾ ਸਿਆਸੀ ਤੌਰ ਦੇ ਉੱਤੇ। ਔਰ ਉਹ ਨਵੀਂ ਜਿਹੜੀ ਜਥੇਬੰਦੀ ਆ ਉਹ ਇਲੈਕਸ਼ਨ ਪ੍ਰੋਸੈਸ 'ਚ ਜਾਏਗੀ ਔਰ ਉਹ ਪੀਸਫੁੱਲ ਹੋਏਗਾ, ਨੋਨ ਵਾਇਲੈਂਟ ਹੋਏਗੀ। ਕਿਸੇ ਦੇ ਨਾਲ ਵਿਰੋਧ ਨਹੀਂ ਸਾਡਾ, ਨਾ ਜ਼ਾਤ ਦੇ ਉੱਤੇ, ਨਾ ਧਰਮ ਦੇ ਉੱਤੇ, ਨਾ ਖਿੱਤੇ ਦੇ ਉੱਤੇ, ਨਾ ਜ਼ਬਾਨ ਦੇ ਉੱਤੇ। ਤੋ ਅਸੀਂ ਨਵੀਂ ਜਥੇਬੰਦੀ ਬਣਾ ਕੇ ਪੋਲੀਟੀਕਲ ਸੈਟਅਪ ਬਣਾ ਕੇ ਉਸ ਪੋਲੀਟੀਕਲ ਸੈਟਅਪ ਦੇ 'ਚ ਲੋਕਾਂ ਨੂੰ ਤਾਕਤ ਦੇਣੀ। ਉਹ ਜਿਹੜੀ ਪੋਲੀਟੀਕਲ ਪਾਰਟੀ ਹੋਏਗੀ ਉਹ ਇੰਡੀਵਿਜੁਅਲ ਸੈਂਟ੍ਰਿਕ ਨਹੀਂ ਹੋਏਗੀ, ਇੱਕ ਬੰਦੇ ਦੇ ਅਧੀਨ ਨਹੀਂ ਹੋਏਗੀ, ਉਹ ਹੋਏਗੀ ਪੀਪਲ ਸੈਂਟ੍ਰਿਕ। ਲੋਕਾਂ ਦੀ ਨੁਮਾਇੰਦਾ ਜਮਾਤ ਹੋਏਗੀ, ਲੋਕ ਹੀ ਆਪਣੇ ਚੁਣਨਗੇ ਵੀ ਇਹਨਾਂ ਬੰਦਿਆਂ ਨੂੰ ਅਸੀਂ ਖੜ੍ਹੇ ਕਰਨਾ, ਇਹਨਾਂ ਨੂੰ ਵੋਟਾਂ ਪਾਉਣੀਆਂ, ਇਹਨਾਂ ਨੂੰ ਅਸੈਂਬਲੀ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਭੇਜਣਾ। 2019 ਦੀਆਂ ਆਉਣ ਵਾਲੀਆਂ ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਅਸੀਂ ਉਸ ਜਥੇਬੰਦੀ ਕੰਨਿਓ ਬੰਦੇ ਖੜ੍ਹੇ ਕਰਾਂਗੇ ਔਰ ਜ਼ਰੂਰਤ ਪਈ ਅਸੀਂ ਕਿਸੇ ਲਾਈਕ ਮਾਈਂਡਡ ਪਾਰਟੀ ਤੋਂ ਵੀ ਸਪੋਰਟ ਲੈ ਸਕਦੇ ਹਾਂ ਜਾਂ ਉਹਨਾਂ ਨੂੰ ਸਪੋਰਟ ਵੀ ਦੇ ਸਕਦੇ ਹਾਂ, ਬਟ ਨੋਟ ਬਾਦਲ, ਨੋਟ ਕਾਂਗਰਸ ਅਮਰਿੰਦਰ ਸਿੰਘ ਵਾਲੀ, ਤੋਂ ਨਾ ਦੂਸਰੀ ਆਮ ਪਾਰਟੀ ਜਿਸਨੇ KPS ਗਿੱਲ ਦੇ ਮੁੱਦੇ ਦੇ ਉੱਤੇ ਵਿਰੋਧ ਨਹੀਂ ਕੀਤਾ ਰੈਜ਼ੋਲੂਸ਼ਨ ਦਾ। ਸੋ ਇਹ ਸਾਡਾ ਸਿੱਧਾ ਸਟੇਟ ਪਲੈਂਕ ਆ। ਜਿਹੜੀਆਂ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੋਈਆਂ ਪੰਜਾਬ ਦੇ ਵਿੱਚ ਉਹਨਾਂ ਦਾ ਅਸੀਂ ਲੇਖਾ ਜੋਖਾ ਮੰਗਾਂਗੇ, ਉਹਨਾਂ ਦੀ ਇਨਕੁਆਇਰੀ ਕਮਿਸ਼ਨ ਅਪੁਆਇੰਟ ਕਰਾਂਗੇ ਤਾਂ ਕਿ ਉਹਨਾਂ ਦੇ ਕਾਰਨਾਂ ਔਰ ਜ਼ਿੰਮੇਵਾਰ ਜਿਹੜੇ ਬੰਦੇ ਆ ਉਹਨਾਂ ਨੂੰ ਢੁਕਵੀਆਂ ਕਾਨੂੰਨੀ ਸਜ਼ਾਵਾਂ ਦਿੱਤੀਆਂ ਜਾ ਸਕਣ ਕਾਨੂੰਨ ਦੀ ਪ੍ਰਕਿਰਿਆ ਵਿੱਚ। ਮਜਬੂਰੀ ਇਹ ਆ ਕਿ ਸਾਨੂੰ ਕੋਈ ਕਿਸੇ ਕਿਸਮ ਦੀ ਰਾਹਤ ਨਹੀਂ ਮਿਲ ਰਹੀ, ਸਾਡਾ ਅਤਿਅੰਤ ਕਿਸਮ ਦਾ ਦੁਖਾਂਤ ਆ। ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਸਾਡੇ ਲੋਕਾਂ ਨੂੰ ਜੇਲ੍ਹਾਂ 'ਚ ਸਿੱਟਿਆ ਜਾ ਰਿਹਾ ਔਰ ਆਪਣੀਆਂ ਸਜ਼ਾਵਾਂ ਕੱਟਣ ਤੋਂ ਬਾਅਦ ਵੀ ਉਹ ਜੇਲ੍ਹਾਂ ਦੇ ਵਿੱਚ ਵਿਚਾਰੇ ਬੈਠੇ ਆ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਫਿਰ ਸਾਡੇ ਬੱਚਿਆਂ ਦੇ ਉੱਤੇ ਇਤਨਾ ਜ਼ੁਲਮੋ ਸਿਤਮ ਹੋਇਆ, ਚਾਹੇ KPS, ਚਾਹੇ ਸਮੇਤ ਸਿੰਘ ਚਾਹਣੀ, ਚਾਹੇ ਉਮਰਾ ਨੰਗਲ, ਚਾਹੇ ਜੋ ਵੀ ਇਹ ਜਿਹੜੇ ਜਾਂ ਆਹ ਜਿਹੜਾ ਇਜ਼ਹਾਰ ਆਲਮ, ਸਾਰਿਆਂ ਨੇ ਸਾਡੇ ਬੱਚਿਆਂ 'ਤੇ ਅਤਿਅੰਤ ਦਾ ਜ਼ੁਲਮੋ ਸਿਤਮ ਕੀਤਾ। ਬੱਚਿਆਂ ਨੂੰ ਬੇਗੁਨਾਹੀ ਦੇ ਵਿੱਚ ਐਕਸਟਰਾ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਮਾਰਿਆ ਉਹਨਾਂ ਨੇ। ਆਰਥਿਕ ਤੌਰ 'ਤੇ ਸਾਡਾ ਪੰਜਾਬ ਜਿਹੜਾ ਕੰਗਾਲ ਕਰ ਦਿੱਤਾ, ਇਹ ਵਿੱਦਿਆ ਦਾ ਲੈਵਲ ਜਿਹੜਾ ਉਹ ਖਤਮ ਕਰ ਦਿੱਤਾ ਆਲਮੋਸਟ, ਨਾ ਉੱਥੇ ਕੋਈ ਸਿਹਤ ਦੀਆਂ ਸਰਵਿਸਿਜ਼ ਆ, ਕਿਸੇ ਕਿਸਮ ਦੀ ਕੋਈ ਵੀ ਗੁੰਜਾਇਸ਼ ਨਹੀਂ, ਅਨਇੰਪਲਾਇਮੈਂਟ ਅਨਲਿਮਿਟਡ ਆ। 2 ਲੱਖ ਕਰੋੜ ਰੁਪਈਆ ਕਰਜ਼ਾ ਪੰਜਾਬ ਦੇ ਉੱਤੇ, ਉਸ ਦਾ ਅਸੀਂ ਵਿਆਜ ਨਹੀਂ ਦੇ ਸਕਦੇ। ਤੋ ਇਸ ਦੇ ਵਿੱਚ ਬਾਵਜੂਦ ਵੀ ਜਿਹੜੀਆਂ ਸਰਕਾਰਾਂ, ਪਹਿਲੀ ਸਰਕਾਰ ਵੀ ਔਰ ਹੁਣ ਵਾਲੀ ਵੀ ਸਰਕਾਰ, ਐਸ਼ੋਸ਼ਰ 'ਚ ਪਈਆਂ ਵੀ ਆ, ਹੈਲੀਕਾਪਟਰ ਰੱਖਦੇ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ। ਹੈਲੀਕਾਪਟਰਾਂ ਦੇ 122 ਕਰੋੜ ਰੁਪਈਆ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੈਲੀਕਾਪਟਰਾਂ ਦੇ ਉੱਤੇ ਖਰਚ ਕੀਤਾ ਔਰ ਹੁਣ ਉਹ ਮੰਗ ਰਿਹਾ ਵੀ ਮੈਨੂੰ ਨਵੀਆਂ ਸਿਕਿਉਰਿਟੀ ਦੀਆਂ ਗੱਡੀਆਂ ਲੈ ਕੇ ਦਿਓ 11 ਕਰੋੜ ਰੁਪਏ ਦੀਆਂ। ਤੋ ਇਸ ਕਿਸਮ ਦੀ ਜ਼ਹਿਨੀਅਤ ਵਾਲੇ ਲੋਕਾਂ ਤੋਂ ਅਸੀਂ ਖੜਾ ਛੁਡਾਉਣਾ ਚਾਹੁੰਦੇ ਹਾਂ ਲੋਕਾਂ ਦਾ, ਤਾਂ ਕਿ ਲੋਕਾਂ ਦਾ ਜਿਹੜਾ ਟੈਕਸ ਦਾ ਪੈਸਾ ਉਹ ਸੇਵ ਕੀਤਾ ਜਾ ਸਕੇ, ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾ ਸਕੇ, ਵਿੱਦਿਆ ਦੇ ਉੱਤੇ ਖਰਚ ਕੀਤਾ ਜਾ ਸਕੇ, ਹੈਲਥ ਸਰਵਿਸਿਜ਼ 'ਤੇ ਖਰਚ ਕੀਤਾ ਜਾ ਸਕੇ। ਹੁਣ 650 ਬੱਸਾਂ ਸੁਖਬੀਰ ਬਾਦਲ ਦੀਆਂ ਪੰਜਾਬ 'ਚ ਚੱਲਦੀਆਂ, ਜਦਕਿ ਪੰਜਾਬ ਦੀ ਸਰਕਾਰ ਦੀਆਂ ਜਿਹੜੀਆਂ ਪੈਪਸੂ ਰੋਡਵੇਜ਼ ਜਾਂ ਪੰਜਾਬ ਰੋਡਵੇਜ਼ ਆ ਉਹਨਾਂ ਦੇ ਉੱਤੇ ਚੜ੍ਹਦੇ ਨਹੀਂ ਲੋਕ। ਤੋ ਹਾਲੇ ਤੱਕ ਉਹਨਾਂ 'ਤੇ ਠੱਲ ਨਹੀਂ ਪਾਈ ਗਈ, ਸਾਰਾ ਜਿਹੜਾ ਕੇਬਲ ਮਾਫੀਆ ਉਹਦੇ ਕੰਟਰੋਲ ਦੇ ਵਿੱਚ ਆ। ਤੋ ਇਹ ਸਾਰੀਆਂ ਚੀਜ਼ਾਂ 'ਤੇ ਅਸੀਂ ਕੰਟਰੋਲ ਕਰਾਂਗੇ ਔਰ ਹੌਲਅਪ ਕਰਾਂਗੇ ਔਰ ਜਿਹੜਾ ਪਿੱਛੇ ਤੱਕ ਵੀ ਹੋਇਆ ਉਸ ਨੂੰ ਵੀ ਅਸੀਂ ਉਸਦਾ ਲੇਖਾ ਜੋਖਾ ਕਰਾਂਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ
fox.punjabi, your city, your news.